ਸਰਕਾਰੀ ਕਾਲਜ ਦੀ ਵਿਦਿਆਰਥਣ ਦੇ ਨਾਲ ਕਾਲਜ ਦੇ ਅੰਦਰ ਹੀ ਗੈਂਗਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ 3 ਆਊਟਸਾਈਡਰ ਦਰਿੰਦਿਆਂ ਦੇ ਵੱਲੋਂ ਇਸ ਗੰਦੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਤੇ ਹੁਣ ਪੁਲਿਸ ਦੇ ਵੱਲੋਂ ਇਹਨਾਂ 3 ਹੀ ਦਰਿੰਦਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਇਹ ਗੰਦੀ ਹਰਕਤ ਕਾਲਜ ਦੇ ਅੰਦਰ ਪ੍ਰਿੰਸੀਪਲ ਦਫ਼ਤਰ ਦੇ ਉੱਪਰ ਬਣੇ ਰੂਮ ਦੇ ਵਿੱਚ ਕੀਤੀ ਗਈ, ਜਿਸ ਤੋਂ ਬਾਅਦ ਇਹ 3 ਹੀ ਦਰਿੰਦੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਜੋ ਲੜਕੀ ਹੈ ਉਸਦੇ ਵੱਲੋਂ ਆਪਣੇ ਮਾਤਾ ਪਿਤਾ ਨੂੰ ਇਹ ਸਾਰੀ ਗੱਲ ਦੱਸੀ ਜਾਂਦੀ ਹੈ, ਜਿਸ ਤੋਂ ਬਾਅਦ ਪੁਲਿਸ ਦੇ ਕੋਲ ਇਸਦੀ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ। ਹਾਲਾਂਕਿ ਹੁਣ ਪੁਲਿਸ ਨੇ 3 ਨੂੰ ਹੀ ਗ੍ਰਿਫਤਾਰ ਕਰ ਲਿਆ, ਪਰ ਵੱਡਾ ਸਵਾਲ ਕਾਲਜ ਦੇ ਪ੍ਰਬੰਧਾਂ ਦੇ ਉੱਤੇ ਵੀ ਖੜਾ ਹੁੰਦਾ ਹੈ, ਕਿਉਂਕਿ ਅਕਸਰ ਹੀ ਜੇਕਰ ਗੱਲ ਕੀਤੀ ਜਾਵੇ ਕਾਲਜ ਦੇ ਪ੍ਰਬੰਧਾਂ ਦੀ ਤਾਂ ਦਾਅਵੇ ਵੱਡੇ ਵੱਡੇ ਕੀਤੇ ਜਾਂਦੇ ਨੇ, ਪਰ ਹੈਰਾਨੀ ਵਾਲੀ ਗੱਲ ਹੈ ਕਿ 3 ਆਊਟਸਾਈਡਰ ਆਖਰ ਵਿਦਆਊਟ ਪਰਮਿਸ਼ਨ ਤੋਂ ਕਾਲਜ ਦੇ ਅੰਦਰ ਐਂਟਰ ਕਿਵੇਂ ਹੋਏ। ਤਾਂ ਵੱਡਾ ਸਵਾਲ ਖੜਾ ਹੁੰਦਾ, ਪਰ ਪੁਲਿਸ ਦੇ ਵੱਲੋਂ ਇਹਨਾਂ 3 ਹੀ ਦਰਿੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜੋ ਲੜਕੀ ਹੈ ਉਹ BA ਦੀ ਵਿਦਿਆਰਥਣ ਦੱਸੀ ਜਾ ਰਹੀ ਹੈ। ਜਿਹੜਾ ਤੀਜਾ ਦੋਸ਼ੀ ਰਹਿੰਦਾ ਸੀਗਾ ਜੀ ਇਹਦੇ ਵਿੱਚ ਹੈਰੀ ਪੁੱਤਰ ਭਰਪੂਰ ਸਿੰਘ ਵਾਸੀ ਪਿੰਡ ਬਿੜਵਾਲ ਥਾਣਾ ਸਦਰ ਨਾਭਾ, ਉਹਨੂੰ ਵੀ ਅੱਜ ਅਸੀਂ ਜਿਹੜਾ ਹੈਗਾ ਇੱਥੋਂ ਅਰੈਸਟ ਕਰ ਲਿਆ। ਅਰੈਸਟ ਕਰਕੇ ਉਹ ਤੋਂ ਅਸੀਂ ਪੁੱਛਗਿੱਛ ਕਰ ਰਹੇ ਹਾਂ। ਕੱਲ੍ਹ ਉਹਨੂੰ ਅਦਾਲਤ ਵਿੱਚ ਮਾਨਯੋਗ ਅਦਾਲਤ ਵਿੱਚ ਉਹਨੂੰ ਪੇਸ਼ ਕੀਤਾ ਜਾਊਗਾ ਅਤੇ ਮਾਨਯੋਗ ਅਦਾਲਤ ਪਾਸੋਂ ਦੋਸ਼ੀ ਦਾ ਰਿਮਾਂਡ ਲੈ ਕੇ ਫਰਦਰ ਜਿਹੜੀ ਹੈਗੀ ਹੋਰ ਡਗਾਈ ਨਾਲ ਉਤੋਂ ਜਿਹੜੀ ਹੈਗੀ ਤਫਤੀਸ਼ ਕੀਤੀ ਜਾਊਗੀ, ਪੁੱਛਗਿੱਛ ਕੀਤੀ ਜਾਊਗੀ। ਇਹਦਾ ਕੀ ਰੋਲ ਸੀਗਾ ਜੀ ਉਸ ਕੇਸ 'ਚ? ਇਹ ਵੀ ਤੀਜਾ ਦੋਸ਼ੀ ਹੈ ਜੀ, ਔਰ ਇਹਨੇ ਵੀ ਜਿਹੜਾ ਹੈਗਾ ਇਹ ਘਿਨਾਉਣੀ ਹਰਕਤ ਦੇ ਵਿੱਚ ਇਹ ਵੀ ਸ਼ਾਮਿਲ ਹੈ। ਇਹਨੇ ਵੀ ਜਿਹੜਾ ਹੈਗਾ ਲੜਕੀ ਨਾਲ ਗਲਤ ਜਿਹੜਾ ਕੰਮ ਕੀਤਾ। ਜਿਹੜੇ ਦੋ ਸੀ ਤੁਸੀਂ ਪੁਲਿਸ ਰਿਮਾਂਡ ਲਿਆ, ਪੁਲਿਸ ਰਿਮਾਂਡ 'ਚ ਕੀ ਸਾਹਮਣੇ ਆਏ ਸੀ? ਪੁਲਿਸ ਰਿਮਾਂਡ ਦੇ ਵਿੱਚ ਉਹਨਾਂ ਨੇ ਆਪਣਾ ਕਨਫੈਸ਼ਨ ਕੀਤਾ, ਫਰਦ ਇੰਕਸ਼ਾਫ ਅਸੀਂ ਲਿਖਿਆ ਉਹਨਾਂ ਦਾ, ਉਹਨਾਂ ਨੇ ਦੱਸਿਆ ਵੀ ਕਿੱਦਾਂ ਕਿੱਦਾਂ ਉਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਅਤੇ ਕੀ ਕਿਸੇ ਦਾ ਕੀ ਦੋਸ਼ੀ ਦਾ ਕਿਹੜਾ ਕਿਹੜਾ ਕੀ ਰੋਲ ਰਿਹਾ, ਸਾਰਾ ਕੁਛ ਉਹਨਾਂ ਨੇ ਜਿਹੜਾ ਹੈਗਾ ਸਾਨੂੰ ਦੱਸਿਆ। ਅਤੇ ਕਾਲਜ 'ਚ ਕਿਵੇਂ ਐਂਟਰ ਹੋ ਗਏ ਸੀ ਜਦੋਂ ਕਿ ਪ੍ਰਿੰਸੀਪਲ ਦਾ ਆਫਿਸ ਆ ਨੀਚੇ, ਉੱਪਰ ਕਿਵੇਂ ਚਲੇ ਗਏ ਆਊਟਸਾਈਡਰ? ਆਊਟਸਾਈਡਰ ਉਹਨਾਂ ਦੇ ਕਹਿਣ ਮੁਤਾਬਕ ਜੀ ਉਹ ਪਹਿਲਾਂ ਵੀ ਉੱਥੇ ਕਾਲਜ ਦੇ ਵਿੱਚ ਮਤਲਬ ਜਾਂਦੇ ਆਉਂਦੇ ਰਹਿੰਦੇ ਨੇ, ਜਿਹੜੇ ਸਿਕਿਉਰਿਟੀ ਵਾਲੇ ਨੇ ਕੋਈ ਮਤਲਬ ਉਹਨਾਂ ਵੱਲੋਂ ਕੋਈ ਪ੍ਰੋਪਰ ਜਿਹੜੀ ਹੈਗੀ ਹੈ ਚੈਕਿੰਗ ਨਹੀਂ ਕੀਤੀ ਗਈ। ਵੈਸੇ ਵੀ ਜੀ ਕਹਿੰਦੇ ਸਾਨੂੰ ਰੋਕ ਟੋਕ ਕੋਈ ਹੈ ਨਹੀਂ ਸੀ, ਜੇ ਰੋਕਦਾ ਵੀ ਸੀ ਕੋਈ ਸਿਕਿਉਰਿਟੀ ਵਾਲਾ ਤਾਂ ਅਸੀਂ ਕੋਈ ਆਨਾ ਬਹਾਨਾ ਲਾ ਕੇ ਅਕਸਰ ਉੱਥੇ ਚਲੇ ਜਾਂਦੇ ਸੀ ਕਾਲਜ ਦੇ ਵਿੱਚ। ਜਿਹੜੇ ਦੋ ਦੂਸਰੇ ਨੇ ਜੀ ਉਹ ਹਾਂਜੀ ਉਹ ਉਹਨਾਂ ਦਾ ਅੱਜ ਜਿਹੜਾ ਹੈਗਾ ਰਿਮਾਂਡ ਕੋਈ ਸਮਾਨ ਖਤਮ ਹੋ ਗਿਆ, ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਸੀ ਉਹਨਾਂ ਨੂੰ, ਮਾਨਯੋਗ ਅਦਾਲਤ ਪਾਸ ਤੋਂ ਜਿਹੜੀ ਉਹਨਾਂ ਦੇ ਫਰਦਰ ਰਿਮਾਂਡ ਦੀ ਜਿਹੜੀ ਮੰਗ ਕੀਤੀ ਗਈ ਸੀ, ਪਰ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਜਿਹੜਾ ਹੈਗਾ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ। ਇਸ 'ਚ ਜਿਹੜੇ 3 ਸੀ 3 ਹੋ ਗਏ? ਹਾਂਜੀ 3 ਦੋਸ਼ੀ ਸੀਗੇ ਇਹਦੇ ਵਿੱਚ ਅਤੇ 3 ਨੂੰ ਅਸੀਂ ਜਿਹੜਾ ਹੈਗਾ ਅਰੈਸਟ ਕਰ ਲਿਆ ਅਤੇ ਬਾਕੀ ਇਹਦੇ ਵਿੱਚ ਫਰਦਰ ਕੋਈ ਹੋਰ ਅਰੈਸਟ ਤਾਂ ਪੈਂਡਿੰਗ ਨਹੀਂ ਹੈਗੀ, ਪਰ ਇਹਦੀ ਤਫਤੀਸ਼ ਅਸੀਂ ਫਿਰ ਵੀ ਅੱਗੇ ਜਿਹੜੀ ਹੈਗੀ ਰਹਿੰਦੀ ਆ ਉਸੇ ਡੂੰਘਾਈ ਨਾਲ ਕਰਾਂਗੇ। ਕਿਹੜੀ ਕਿਹੜੀ ਧਾਰਾ ਦੇ ਤਹਿਤ ਹੋਇਆ ਸੀ? ਇਹਦੇ ਵਿੱਚ ਅਸੀਂ ਪਹਿਲੇ ਬਿਆਨ 'ਤੇ ਇਨੀਸ਼ੀਅਲ ਸਟੇਟਮੈਂਟ 'ਤੇ 376 DIPC ਅਤੇ 506 IPC 'ਚ ਮੁਕੱਦਮਾ ਦਰਜ ਕੀਤਾ ਸੀਗਾ। ਉਸ ਤੋਂ ਬਾਅਦ ਜਦੋਂ ਦੋਸ਼ੀਆਂ ਦੀ ਅਰੈਸਟ ਹੋਈ ਅਤੇ ਲੜਕੀ ਦੇ ਫਾਦਰ ਨੇ ਦੱਸਿਆ ਕਿ ਜਿਹੜੇ ਹੈਗੇ ਅਸੀਂ ਸ਼ਡਿਊਲ ਕਾਸਟ ਤੋਂ ਬਿਲੋਂਗ ਕਰਦੇ ਹਾਂ ਅਤੇ ਜਿਹੜੇ ਦੋਸ਼ੀ ਨੇ ਉਹ ਸ਼ਡਿਊਲ ਕਾਸਟ ਤੋਂ ਜਾਂ ਕਿਸੇ ਹੋਰ ਸ਼ਡਿਊਲ ਟ੍ਰਾਈਬ ਤੋਂ ਬਿਲੋਂਗ ਨਹੀਂ ਕਰਦੇ ਹੈਗੇ, ਤਾਂ ਉਹ ਸ਼ਡਿਊਲ ਕਾਸਟ ਅਤੇ ਸ਼ਡਿਊਲ ਟ੍ਰਾਈਬ ਜਿਹੜਾ ਐਕਟ ਹੈਗਾ, ਪ੍ਰਵੈਂਸ਼ਨ ਆਫ ਐਟਰੋਸਿਟੀਜ਼ ਐਕਟ ਹੈਗਾ, ਉਹਦੇ ਅਕੋਰਡਿੰਗ ਅਸੀਂ SC ST ਐਕਟ ਦਾ ਵੀ ਵਾਧਾ ਕੀਤਾ ਉਹਦੇ ਵਿੱਚ।